ਦੇਖੋ ਪਹਿਲੀ ਗੱਲ ਆ, ਪੰਜਾਬ ਆਮ ਆਦਮੀ ਪਾਰਟੀ ਤੋਂ ਅੱਕ ਗਿਆ ਹੈ ਉਹਨਾਂ ਦੇ ਫਰਾਡ ਔਰ ਬੇਈਮਾਨ ਔਰ ਝੂਠੇ ਲਾਰਿਆਂ ਵਾਅਦਿਆਂ ਤੋਂ। ਉਹ ਪੰਜਾਬ ਨੂੰ ਲੁੱਟਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਆਏ ਸੀ, ਉਹ ਆਪਣੇ ਮਕਸਦ 'ਚ ਪੂਰੇ ਹੋਏ। ਜਿਹੜੇ ਸਾਰੇ ਵਾਅਦੇ ਲੈ ਕੇ ਆਏ ਸੀ, ਮੈਂ ਤਿੰਨ ਚਾਰ ਤੁਹਾਨੂੰ ਗੱਲਾਂ ਜ਼ਰੂਰ ਦੱਸਣਾ ਚਾਹੁੰਦਾ। ਪਹਿਲਾਂ ਕੀ ਸੀਗਾ, ਇਹ ਟੂ 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 ਕਰਦੇ ਸਾਇਰਨ ਵਜਾਉਂਦੇ ਫਿਰਦੇ ਨੇ, ਅੱਜ ਮੁੱਖ ਮੰਤਰੀ ਸਾਹਿਬ ਨਾਲ 200 ਗੱਡੀ ਚੱਲਦੀ ਆ, 200 ਗੱਡੀ, 2500 ਗਨਮੈਨ ਉਹਨਾਂ ਨਾਲ ਚੱਲਦੇ, ਜੋ ਕਿ ਅੱਜ ਤੱਕ ਇਤਿਹਾਸ 'ਚ ਕਿਸੇ ਨਾਲ ਨਹੀਂ ਚੱਲਦੇ। ਅੱਜ ਉਹ ਜਿਹੜੇ ਜਹਾਜ਼ 'ਚ ਟਰੈਵਲ ਕਰਦੇ ਨੇ, ਉਹਦਾ 1 ਘੰਟੇ ਦਾ ਕਿਰਾਇਆ 22 ਤੋਂ 25 ਲੱਖ ਰੁਪਇਆ ਹੈ। ਅੱਜ ਉਹ ਹੈਲੀਕਾਪਟਰ ਥੱਲੇ ਉਤਰਦੇ ਨੇ, ਔਰ ਇਹ ਸਾਰੇ ਜਹਾਜ਼ ਔਰ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਤੇ ਜਾਂਦੇ ਨੇ। ਅੱਜ ਉਹ ਕਹਿੰਦੇ ਸੀ ਅਸੀਂ ਕਰਪਸ਼ਨ ਖਤਮ ਕਰਨ ਆਏ ਹਾਂ, ਜਿਹੜੇ ਕਰਪਸ਼ਨ ਦੇ ਕੇਸਾਂ 'ਚ ਲੋਕ ਅੰਦਰ ਹੋਏ, ਪੈਸੇ ਲੈਂਦੇ ਮੌਕੇ 'ਤੇ ਫੜੇ ਗਏ, ਅੱਜ ਉਹ ਉਹਨਾਂ ਦੇ ਪ੍ਰਚਾਰਕ ਨੇ, ਉਹਨਾਂ ਦਾ ਤੁਸੀਂ ਦੇਖੋ, ਉਹਨਾਂ ਨੂੰ ਇੰਚਾਰਜ ਬਣਾ ਰੱਖਿਆ, ਕਿਸੇ ਨੂੰ ਬਠਿੰਡਾ ਲੋਕ ਸਭਾ ਦਾ ਇੰਚਾਰਜ ਬਣਾ ਰੱਖਿਆ ਹੈ ਅਤੇ ਕਿਸੇ ਨੂੰ ਸੰਗਰੂਰ ਲੋਕ ਸਭਾ ਦਾ ਇੰਚਾਰਜ ਬਣਾ ਰੱਖਿਆ। ਅਰਵਿੰਦ ਕੇਜਰੀਵਾਲ ਜੀ ਵੀ ਤਿਆੜ ਜੇਲ੍ਹ 'ਚ 2000 ਕਰੋੜ ਰੁਪਏ ਦੇ ਸ਼ਰਾਬ ਦੇ ਪੈਸੇ ਦੇ ਲੈਣ ਦੇਣ 'ਚ ਗਏ ਨੇ। ਪੰਜਾਬ ਦੇ ਲੋਕ ਸਮਝ ਗਏ ਕਿ ਇਹ ਸਭ ਤੋਂ ਵੱਡੇ ਹੁਣ ਤੱਕ ਦੇ ਫਰਾਡ ਜਿਹੜੇ ਨੇ, ਇਹ ਪਾਰਟੀ ਆਮ ਆਦਮੀ ਪਾਰਟੀ, ਇਹਨਾਂ ਦਾ ਜਿਹੜਾ ਟੋਟਲ ਇਹਨਾਂ ਦਾ ਕੰਸੈਪਟ ਹੀ ਹੈਗਾ ਹੈ ਬ੍ਰਿਟਿਸ਼ ਇੰਡੀਅਨ ਵਰਗੋ, ਜਿਵੇਂ ਉਹ ਕਹੇ ਸੀ ਨਾ ਈਸਟ ਇੰਡੀਆ ਕੰਪਨੀ ਬਣਾ ਕੇ ਆਏ ਸੀ, ਇਹ ਇਸੇ ਤਰੀਕੇ ਆਏ ਸੀ, ਮਖੌਟਾ ਲਾ ਕੇ ਕਿ ਅਸੀਂ ਤੁਹਾਨੂੰ ਬਚਾਉਣ ਆਏ ਹਾਂ ਅਤੇ ਮਕਸਦ ਲੁੱਟਣਾ ਸੀਗਾ। ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚ ਰਹੇ ਨੇ, ਹਾਲਾਂਕਿ ਸਾਫ਼ ਤੌਰ 'ਤੇ ਮੁੱਖ ਮੰਤਰੀ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਹਰ ਪਾਸੇ ਬੀਜੇਪੀ ਦਾ ਵਿਰੋਧ ਹੋ ਰਿਹਾ, ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਬੀਜੇਪੀ ਦਾ ਵਿਰੋਧ ਹੋ ਰਿਹਾ, ਕਿਉਂਕਿ ਬੀਜੇਪੀ ਦੀ ਜਿਹੜੀ ਨੀਤੀ ਹੈ ਉਹ ਕਿਤੇ ਨਾ ਕਿਤੇ ਗਲਤ ਹੈ। ਦੇਖੋ ਉਹ ਹਰ ਵਾਰੀ ਇਹੀ ਕਹਿੰਦੇ ਨੇ, 2014 'ਚ ਵੀ ਇਹ ਕਹਿ ਰਹੇ ਸੀ, 2019 'ਚ ਵੀ ਕਹਿ ਰਹੇ ਸੀ, ਅਰਵਿੰਦ ਕੇਜਰੀਵਾਲ 'ਤੇ ਲਿਖ ਕੇ ਦੇ ਰਹੇ ਸੀ ਕਿ 70 ਸੀਟਾਂ ਅਸੀਂ ਜਿੱਤਾਂਗੇ, ਜਿੱਤੇ 1 ਵੀ ਨਹੀਂ। ਫਿਰ ਗੁਜਰਾਤ 'ਚ ਵੀ ਇਹੀ ਗੱਲ ਕਹਿ ਰਹੇ ਸੀ, ਬਹੁਤ ਵਿਰੋਧ ਹੋ ਗਿਆ ਜੀ, ਅਸੀਂ ਚੈੱਕ ਕਰ ਲਿਆ, ਸਾਡਾ ਥਰਮਾਮੀਟਰ ਲਾ ਲਿਆ, ਅਸੀਂ ਆਪਣਾ ਉਹ ਲਾ ਲਿਆ, ਔਰ ਸਾਡਾ ਲਿਖ ਕੇ ਲੈ ਲਓ, ਸਾਨੂੰ ਸੀਟਾਂ ਆਉਣਗੀਆਂ, ਅਸੀਂ ਸਰਕਾਰ ਬਣਾਵਾਂਗੇ, ਸੀਟ ਆਈ 1। ਗੋਆ ਗਏ, ਕਹਿੰਦੇ ਜੀ ਬੀਜੇਪੀ ਦਾ ਬਹੁਤ ਵਿਰੋਧ ਹੋ ਗਿਆ, ਹੁਣ ਅਸੀਂ ਚੈੱਕ ਕਰ ਲਿਆ, ਸਾਨੂੰ ਸੀਟਾਂ ਆਉਣਗੀਆਂ, ਸੀਟ ਆਈ 1। ਉੱਤਰ ਪ੍ਰਦੇਸ਼ ਗਏ, ਕਹਿੰਦੇ ਜੀ ਅਸੀਂ ਚੈੱਕ ਕਰ ਲਿਆ, ਬਹੁਤ ਵਿਰੋਧ ਹੈ ਇੱਥੇ, ਕੋਈ ਵੋਟਾਂ ਪਾਉਣ ਨੂੰ ਤਿਆਰ ਨਹੀਂ, ਜਮਾਨਤਾਂ ਹੋ ਗਈਆਂ ਸਾਰੀਆਂ 'ਤੇ ਜ਼ਬਤ। ਸੋ ਇਹ ਉਹਨਾਂ ਦਾ ਫਰਾਡ ਕਰਨ ਦਾ ਇੱਕ ਕੰਸੈਪਟ, ਹਰ ਆਦਮੀ ਦਾ ਇੱਕ ਪੋਲੀਟੀਕਲ ਕੰਸੈਪਟ ਹੁੰਦਾ। ਜਿਵੇਂ ਮੋਦੀ ਜੀ ਦਾ ਹੈ, ਉਹ ਕਹਿੰਦੇ ਯਾਰ ਕੰਮ ਕਰੋ, ਲੋਕਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਭੇਜੋ, ਕਿਸਾਨ ਨੂੰ ਕਿਸਾਨ ਨਿਧੀ ਉਹਦੇ ਖਾਤੇ 'ਚ ਭੇਜੋ, ਕਿਸਾਨ ਦੀ ਇੰਸ਼ੋਰੈਂਸ ਉਹਨੂੰ ਸਿੱਧੀ ਦਿਓ, 5 ਲੱਖ ਤੱਕ ਦੀ ਮੈਡੀਕਲ ਦੀ ਇੰਸ਼ੋਰੈਂਸ ਸਭ ਨੂੰ ਸਿੱਧੀ ਪ੍ਰੋਵਾਈ, ਉਹਨਾਂ ਦਾ ਇਹ ਕੰਸੈਪਟ ਆ। ਅਰਵਿੰਦ ਕੇਜਰੀਵਾਲ ਜੀ ਦਾ ਇਹ ਕੰਸੈਪਟ ਆ ਕਿ ਝੂਠ ਬੋਲੋ, ਵੱਧ ਤੋਂ ਵੱਧ ਵੱਡੇ ਤੋਂ ਵੱਡਾ ਝੂਠ ਔਰ ਫਰਾਡ ਕਰੋ, ਇਹ ਉਹਨਾਂ ਦਾ ਕੰਸੈਪਟ ਆ। ਕਿਉਂਕਿ ਸਰ ਕਈ ਕਿਸਾਨ ਜਿਹੜੇ ਹੈਗੇ ਸਿੰਬੂ ਬਾਰਡਰ 'ਤੇ ਬੈਠੇ ਹੋਏ ਨੇ, ਹਜੇ ਤੱਕ ਹਾਲਾਂਕਿ ਕੋਈ ਹੱਲ ਨਹੀਂ ਹੋਇਆ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਕਿਉਂਕਿ ਕੱਲ੍ਹ ਸੁਨੀਲ ਜਾਖੜ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹਦਾ ਵੀ ਜਵਾਬ ਜਿਹੜੇ ਹੈਗੇ ਕਿਸਾਨ ਦਿੰਦੇ ਨਜ਼ਰ ਆ ਰਹੇ, ਕਿਤੇ ਨਾ ਕਿਤੇ ਰੋਸ ਜਿਹੜਾ ਜ਼ਰੂਰ ਵੇਖਣ ਨੂੰ ਮਿਲਦਾ। ਨਹੀਂ, ਡੈਫੀਨੇਟਲੀ ਹੋਊਗਾ, ਜਦੋਂ ਵੀ ਕੋਈ ਵਿਰੋਧ ਕਰਦਾ ਹੈ ਉਹਦੇ ਮਨ ਅੰਦਰ ਕੋਈ ਰੋਸ਼ ਤਾਂ ਹੁੰਦਾ ਹੀ, ਉਸ ਕੁਛ ਕੋਈ ਡਾਊਟ ਹੀ ਨਹੀਂ ਹੈਗਾ, ਔਰ ਕਿਸਾਨਾਂ ਦੇ ਮਨ 'ਚ ਵੀ ਘਊਗਾ। ਪਰ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਤਾਂ ਬੈਠ ਕੇ ਹੱਲ ਆ ਨਾ, ਜੇ ਤੁਹਾਡੇ ਮਨ 'ਚ ਗੱਲ ਹੈ, ਜੇ ਤੁਹਾਡੀ ਇਹ ਗੱਲ ਹੈ, ਦੋ ਗੱਲਾਂ ਗਲਤ ਨੇ, ਮੈਂ ਆਪਣੇ ਕਿਸਾਨ ਪਰਿਵਾਰਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ MSP ਖਤਮ ਹੋ ਜਾਊਗੀ, ਇਹ ਤਾਂ ਕੋਈ ਗੱਲ ਨਾ ਹੋਈ। ਜਿੱਦਣ ਮਾਫ ਕਰਿਓ, ਜਿੱਦਣ ਖਤਮ ਹੋ ਜਾਊਗੀ ਉਦੋਂ ਲੜਾਈ ਲੜੀ ਜਾ ਸਕਦੀ ਹੈ, ਖਤਮ ਹੋਣ ਦੇ ਨਾਮ 'ਤੇ ਪਹਿਲਾਂ ਲੜਾਈ ਲੜਨੀ ਇਹ ਗੱਲ ਨਹੀਂ। ਦੂਜੀ ਗੱਲ, ਉਹਨਾਂ ਦੀ ਜਾਇਜ਼ ਮੰਗ ਆ ਕਿ ਕਰਜ਼ਾ ਮਾਫ਼ ਹੋਣਾ ਚਾਹੀਦਾ, ਇਹ ਉਹਨਾਂ ਦੀ ਬਹੁਤ ਜਾਇਜ਼ ਮੰਗ ਆ। ਪਰ ਮੇਰਾ ਇਹ ਬੇਨਤੀ ਉਹਨਾਂ ਦੇ ਚਰਨਾਂ 'ਚ ਆ ਕਿ ਇਹ ਮੰਗ ਤਾਂ ਤੁਸੀਂ ਪੰਜਾਬ ਦੀ ਸਰਕਾਰ ਤੋਂ ਕਰੋ, ਜਿਨ੍ਹਾਂ ਨੇ ਤੁਹਾਨੂੰ ਲਿਖ ਕੇ ਦਿੱਤਾ, ਜਿਨ੍ਹਾਂ ਤੁਹਾਨੂੰ ਆਪਣੇ ਲਿਖਤ 'ਚ ਦਿੱਤਾ ਕਿ ਅਸੀਂ ਤੁਹਾਡਾ ਉਹਦੇ ਕਰਜ਼ਾ ਮਾਫ਼ ਕਰਾਂਗੇ, ਤੁਸੀਂ ਉਹਨਾਂ ਦੇ ਖਿਲਾਫ਼ ਕਿਉਂ ਨਹੀਂ ਪ੍ਰੋਟੈਸਟ ਕਰਦੇ? ਤੁਹਾਡਾ ਉਹਨਾਂ ਦੇ ਖਿਲਾਫ਼ ਨਾ ਪ੍ਰੋਟੈਸਟ ਕਰਨਾ ਕਿਤੇ ਨਾ ਕਿਤੇ ਸਿਸਟਮ ਦੇ ਮਨ 'ਚ ਸ਼ੰਕਾ ਪੈਦਾ ਕਰਦੀ ਹੈ। ਸੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਤੁਹਾਡੇ ਮੁੱਦੇ ਜਾਇਜ਼ ਹੋ ਸਕਦੇ ਨੇ ਔਰ ਜਾਇਜ਼ ਹੀ ਨੇ, ਪਰ ਤੁਹਾਨੂੰ ਇਹ ਵੀ ਦੱਸਣਾ ਪਊਗਾ ਵੀ ਤੁਸੀਂ ਪੰਜਾਬ ਦੇ ਪਹਿਲਾਂ ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਕਰੋ, ਆਮ ਆਦਮੀ ਦੇ ਖਿਲਾਫ਼ ਜਿਨ੍ਹਾਂ ਤੁਹਾਨੂੰ ਕਰਜ਼ੇ ਦੀ ਗੱਲ ਕੀਤੀ ਸੀ, ਆ ਫਿਰ ਤੁਹਾਨੂੰ ਬੀਜੇਪੀ ਦੇ ਖਿਲਾਫ਼ ਕੇਂਦਰ ਖਿਲਾਫ਼ ਕਰਨ ਦਾ ਅਧਿਕਾਰ ਆ ਔਰ ਅਸੀਂ ਤੁਹਾਡੇ ਨਾਲ ਹਾਂ। ਇੱਕ ਆਖਰੀ ਸਵਾਲ ਹੈ ਸਰ, ਨਿਊਜ਼ 18 ਨਾਲ ਗੱਲਬਾਤ ਕੀਤੀ ਸਿਕੰਦਰ ਮਲੂਕਾ ਜੀ ਨੇ, ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਅਤੇ ਅਕਾਲੀ ਦਲ ਦਾ ਗਠਜੋੜ ਹੋਣਾ ਚਾਹੀਦਾ, ਜੇਕਰ ਹੁੰਦਾ ਤਾਂ ਕਿਤੇ ਨਾ ਕਿਤੇ 10 ਸੀਟ ਤੋਂ ਵੀ ਜ਼ਿਆਦਾ ਆ ਸਕਦੀ ਸੀ। ਹੁਣ ਉਹ ਜਿਹੜੀਆਂ ਗੱਲਾਂ ਨੇ, ਮੈਂ ਉਹਦੇ 'ਤੇ ਕੁਛ ਨਹੀਂ ਕਹਿ ਸਕਦਾ, ਜਦੋਂ ਅਲਾਇੰਸ ਹੋਇਆ ਹੀ ਨਹੀਂ,
ਉਸ ਦੀ ਆਪਾਂ ਕੀ ਗੱਲ ਕਰਾਂਗੇ? ਜਿਹੜੀ ਚੀਜ਼ ਹੋਈ ਨਹੀਂ ਉਹ ਕੰਮ ਨਿਕਲ ਗਿਆ, ਟ੍ਰੇਨ ਗਾਂਹ ਨਿਕਲ ਗਿਆ, ਟ੍ਰੇਨ ਬੰਬੇ ਸਟੇਸ਼ਨ ਤੇ ਪਹੁੰਚ ਗਈ, ਆਪਾਂ ਦਿੱਲੀ ਖਲੋ ਕੇ ਬੋਲੀ, ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ, ਤੇ ਬਿਲਕੁਲ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਦਾ ਇਲੈਕਸ਼ਨ ਮੋਡ ਹੈ ਔਰ ਕਈ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ, ਲੇਕਿਨ ਕਿਸਾਨਾਂ ਨੂੰ ਲੈ ਕੇ ਜਾਂ ਫਿਰ ਜਿਹੜੀ ਹੈਗੀ ਕਿਸਾਨਾਂ ਦੇ ਜਿਹੜੇ ਵੀ ਮੁੱਦੇ ਨੇ ਉਹਨਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਦੂਜੇ ਪਾਸੇ ਜਿਹੜਾ ਅਰਵਿੰਦ ਕੇਜਰੀਵਾਲ ਇੱਥੇ ਪਹੁੰਚ ਰਹੇ, ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਝੂਠੇ ਵਾਅਦੇ ਕੀਤੇ ਜਾ ਰਹੇ ਨੇ ਪੰਜਾਬ ਦੀ ਜਨਤਾ ਨੂੰ। ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ ਨੂੰ ਜਟੀਨ ਪੰਜਾਬ।